ਸਿੱਧੂ ਭਾਈ ਤੁਹਾਡੀ ਸਭ ਤੋਂ ਵੱਡੀ ਇਨਸਪੀਰੇਸ਼ਨ ਕੌਣ ਹੈ? ਐਕਚੁਅਲੀ ਮੇਰੀ ਇਨਸਪੀਰੇਸ਼ਨਸ ਤਾਂ ਮੇਰੇ ਫੇਲੀਅਰਸ ਨੇ, ਕਿਉਂਕਿ ਬੰਦਾ ਧੱਕੇ ਅਤੇ ਗਲਤੀਆਂ ਤੋਂ ਸਿੱਖਦਾ। ਧੱਕੇ ਅਤੇ ਧੱਕੇ ਤਾਂ ਬਹੁਤ ਖਾਧੇ ਮੈਂ ਲਾਈਫ 'ਚ, ਅਤੇ ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੀ ਇਹੀ ਆ। ਅਤੇ ਜਦੋਂ ਕਿਤੇ ਵੀ ਡਾਊਨ ਫੀਲ ਹੁੰਦਾ ਜਾਂ ਕਈ ਵਾਰੀ ਕਦੇ ਕਦੇ ਡਿਪਰੈਸ ਹੁੰਦੇ ਹਾਂ ਆਪਾਂ, ਅਤੇ ਮੈਨੂੰ ਤਾਂ ਇੱਦਾਂ, ਮੈਂ ਜਦੋਂ ਆਪਣਾ ਯਾਨੀ ਕਿ ਮੈਂ ਦੇਖਦਾ ਮੈਂ ਕਿੱਥੋਂ ਸਟਾਰਟ ਕੀਤਾ ਅਤੇ ਅੱਜ ਜਿੰਨੇ ਕੁ ਜੋਗੇ ਵੀ ਹੋਏ ਆ, ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਅਤੇ ਮੈਂ ਆਪਣੀ ਉਸੇ ਸਫ਼ਰ ਤੋਂ ਇੰਸਪਾਇਰ ਹੁੰਦਾ ਅਤੇ ਥੋੜ੍ਹਾ ਜਿਹਾ ਗੁੱਡ ਫੀਲ ਹੁੰਦਾ ਅਤੇ ਅੱਗੇ ਇੰਸਪੀਰੇਸ਼ਨ ਮਿਲਦੀ ਹੈ ਕੰਮ ਕਰਨ ਦੀ। ਸਿੱਧੂ ਭਾਈ, ਹੁਣ ਤੁਸੀਂ ਬੜੇ ਸੀਰੀਅਸ ਜਿਹੇ ਰਹਿੰਦੇ ਹੋ, ਬਚਪਨ 'ਚ ਸ਼ਰਾਰਤਾਂ ਕਿੰਨੀਆਂ ਕੁ ਕਰਦੇ ਸੀ? ਬਚਪਨ ਵੇਲੇ ਤਾਂ ਸ਼ਰਾਰਤਾਂ ਹੀ ਮੈਂ ਬਹੁਤ ਕੀਤੀਆਂ ਜੀ ਸਾਰੀ। ਐਕਚੁਅਲੀ ਤਾਂ ਮੇਰੇ ਸਾਰੀਆਂ ਯਾਦ ਨੇ ਵੀ ਕੀ ਕੁਛ ਕੀਤਾ, ਪਰ ਉਹਨਾਂ 'ਚੋਂ ਇੱਕ ਸ਼ਰਾਰਤ ਇੱਦਾਂ ਦੀ ਸੀਗੀ ਵੀ ਕੁਝ ਅਸੀਂ, ਮੈਂ ਕਿਸੇ ਮੇਰੇ ਦੋਸਤ ਨਾਲ ਲੜ ਰਿਹਾ ਸੀਗਾ ਪਿੰਡ ਹੀ, ਅਤੇ ਮੈਂ ਪੱਥਰ ਚੱਕ ਕੇ ਦੋਸਤ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਕਿਸੇ ਪਿੰਡ ਦੇ ਬਜ਼ੁਰਗ ਦੇ ਵੱਜ ਗਿਆ ਜੀ, ਪਰ ਉਹ ਬਹੁਤ ਗਾਲਾਂ ਮਿਲੀਆਂ ਜੀ, ਅਤੇ ਗਾਲਾਂ ਕਰਕੇ ਅੱਜ ਵੀ ਯਾਦ ਆਈ ਉਹ ਜੀ। ਸਿੱਧੂ ਭਾਈ, ਸਟਾਰ ਬਣਨ ਤੋਂ ਪਹਿਲਾਂ ਪੰਜਾਬ ਅਤੇ ਕੈਨੇਡਾ 'ਚ ਕਿਹੜੇ ਕਿਹੜੇ ਕੰਮ ਕੀਤੇ? ਕੰਮ ਜੀ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਹੁੰਦੇ ਜੀ, ਬਸ ਸ਼ਿਫਟਾਂ ਇੰਨੀਆਂ ਲੱਗਦੀਆਂ ਸੀਗੀਆਂ। ਪਹਿਲਾਂ ਤਾਂ ਐਕਚੁਅਲੀ ਪਹਿਲਾ ਕੰਮ ਤਾਂ ਮੇਰਾ ਪੜ੍ਹਨਾ ਹੀ ਸੀਗਾ, ਪਹਿਲਾਂ ਪੜ੍ਹਦੇ ਸੀਗੇ, ਫਿਰ ਵੀਕਐਂਡ ਵੂਕਐਂਡ 'ਤੇ ਜਿਹੜਾ ਜਦੋਂ ਕਿਤੇ ਕੰਮ ਮਿਲਦਾ ਸੀਗਾ, ਬਸ ਉਹੀ ਸਟਰਗਲ ਜੀ, ਉਹੀ ਬਸ ਯਾਨੀ ਕਿ ਲੋਡਿੰਗ ਅਨਲੋਡਿੰਗ ਦਾ ਕੰਮ, ਜਿਹੜੇ ਟਰੱਕਾਂ ਦੇ ਵਿੱਚ ਸਮਾਨ ਸਮੂਨ ਲੋਡ ਲੋਡ ਕਰਨਾ ਹੀ ਕੀਤਾ ਜੀ ਕੰਮ, ਹੋਰ ਤਾਂ ਜਦੋਂ ਨਵੇਂ ਨਵੇਂ ਗਏ ਸੀਗੇ ਇਹੀ ਕੰਮ ਹੀ ਕੀਤਾ ਜੀ। ਸਿੱਧੂ ਭਾਈ, ਬਾਊਂਸਰਸ ਦੀ ਹੁਣ ਕਿੰਨੀ ਕੁ ਲੋੜ ਪੈਂਦੀ ਹੈ? ਪਹਿਲੀ ਗੱਲ ਤਾਂ ਮੈਂ ਇੱਕੋ ਹੀ ਗੱਲ 'ਚ ਨਿਬੇੜਦਾ ਗੱਲ, ਵੀ ਬਾਊਂਸਰਾਂ ਦੀ ਲੋੜ ਅੱਜ ਕੱਲ੍ਹ ਥੋੜ੍ਹਾ ਜਿਹਾ ਇਹ ਵੀ ਫੋਰਮੈਲਿਟੀ ਵਾਲਾ ਤਾਮ ਜਾਮ ਹੋ ਗਿਆ ਵੀ ਸ਼ੋਜ਼ ਵਗੈਰਾ 'ਤੇ ਕਰਨਾ ਪੈਂਦਾ, ਪਰ ਮੈਂ ਇੱਕੋ ਹੀ ਗੱਲ ਕਹੂੰਗਾ ਜੀ, ਜਿੰਨੇ ਮੇਰੇ ਨਾਲ ਜਿੰਨੇ ਮੇਰੇ ਸਰਕਲ ਦੇ ਵਿੱਚ ਮੇਰੇ ਯਾਰ ਦੋਸਤ ਹੁੰਦੇ ਨੇ ਬਾਊਂਸਰਾਂ ਨਾਲ, ਉਹ ਵੀ ਘਾਤਕ ਨੇ ਜੀ, ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਹੈਗੀ। ਅਤੇ ਨਾ ਹੀ ਮੈਂ ਇੰਨੀ ਕੁ ਚੀਜ਼ ਕਹਿੰਦੇ ਵੀ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਵੀ ਆਪਾਂ ਵੀ ਜਾਂ ਆਪਾਂ ਨੂੰ ਲੋੜ ਪਵੇ ਕਿਸੇ ਚੀਜ਼ ਦੀ, ਪਰ ਫਿਰ ਵੀ ਜੇ ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਹੈ ਵੀ ਆਪਣਾ ਸਰਕਲ ਹੀ ਇੰਨਾ ਮਜ਼ਬੂਤ ਹੈ ਵੀ ਆਪਾਂ ਨੂੰ ਲੋੜ ਨਹੀਂ ਪਈ ਕਦੇ ਇਹਨਾਂ ਚੀਜ਼ਾਂ ਦੀ। ਸਿੱਧੂ ਭਾਈ, ਤੁਹਾਡਾ ਨਿੰਜਾ ਬਾਈ ਨਾਲ ਕਿੱਦਾਂ ਦਾ ਰਿਲੇਸ਼ਨ ਹੈ? ਨਿੰਜਾ ਹੀ ਵੱਡਾ ਭਰਾ ਹੈ ਮੇਰਾ, ਅਤੇ ਰਿਲੇਸ਼ਨ ਉਹੀ ਗੱਲ ਹੈ, ਡੇ ਵਨ ਵਾਲਾ ਬੰਦਾ ਹੀ ਆਪਣਾ, ਉਹਦੇ ਬਾਈ ਕਰਕੇ ਜੇ ਉਹਨੇ ਮੇਰਾ ਗਾਣਾ ਗਾਇਆ ਤਾਂ ਆਪਾਂ ਅੱਜ ਇੱਥੋਂ ਆਉਣਾ, ਮੇਰਾ ਸਟਾਰਟ ਕੀਤਾ ਇੰਡਸਟਰੀ ਦੇ ਵਿੱਚ, ਉਹ ਆਪਣੇ ਰਿਸਪੈਕਟ ਪਹਿਲੇ ਤੁਹਾਨੂੰ ਜਿਹੜੇ ਬੰਦੇ ਨੇ ਪਹਿਲੇ ਤੁਹਾਨੂੰ ਕੀਤੀ ਹੈ ਅਤੇ ਅੱਜ ਵੀ ਉਨੀ ਹੈ, ਅਤੇ ਬਾਈ ਨਾਲ ਉਹੀ ਪਿਆਰ ਹੈ ਅੱਜ ਵੀ, ਅਤੇ ਬਹੁਤ ਵਧੀਆ ਇਨਸਾਨ ਹੈ ਬਾਈ। ਸਿੱਧੂ ਬਾਈ, ਕਹਿੰਦੇ ਆ ਕਿਸੇ ਹੋਰ ਲਿਰਿਸਿਸਟ ਦੇ ਗਾਣੇ ਨਾ ਗਾਉਣ ਪਿੱਛੇ ਵੀ ਇੱਕ ਬਹੁਤ ਵੱਡੀ ਸਟੋਰੀ ਆ। ਲਿਖੇ ਗਾਣੇ ਗਾਉਣ ਜੀ, ਐਕਚੁਅਲੀ ਉਹ ਹੁੰਦਾ ਨਾ ਵੀ ਜ਼ਿੰਦਗੀ ਦਾ ਪਾਰਟ ਹੁੰਦਾ, ਜਦੋਂ ਮੈਂ ਕਿਸੇ ਦੇ ਗਾਣੇ ਲਿਖੇ ਗਾਉਣੇ ਚਾਹੁੰਦਾ ਸੀ ਉਦੋਂ ਕਿਸੇ ਨੇ ਮੈਨੂੰ ਗਾਣੇ ਨਹੀਂ ਦਿੱਤੇ, ਹੈ ਨਾ, ਜਾਂ ਮੇਰੇ ਭਾਗਾਂ 'ਚ ਨਹੀਂ ਸੀ ਉਦੋਂ, ਜਦੋਂ ਮੈਂ ਕਿਸੇ ਦੇ ਗਾਣੇ ਗਾਉਣਾ ਚਾਹੁੰਦਾ ਸੀ ਉਦੋਂ ਉਹਨਾਂ ਨੇ ਮੈਨੂੰ ਗਾਣੇ ਨਹੀਂ ਦਿੱਤੇ, ਅਤੇ ਅੱਜ ਮੈਨੂੰ ਜੋ ਉਹ ਗਾਣੇ ਦੇਣਾ ਚਾਹੁੰਦੇ ਨੇ ਅੱਜ ਮੇਰਾ ਦਿਲ ਨਹੀਂ ਕਰਦਾ, ਅਤੇ ਪਰਮਾਤਮਾ ਨੇ ਖੁਦ ਨੂੰ ਅਬਿਲਟੀ ਦਿੱਤੀ, ਖੁਦ ਨੂੰ ਦਾਤ ਬਖਸ਼ੀ, ਅਸੀਂ ਹੁਣ ਲੋੜ ਹੀ ਨਹੀਂ ਹੈਗੀ ਕਿਸੇ ਦੇ ਗਾਣੇ ਗਾਉਣ ਦੀ, ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ। ਇੱਥੇ ਘਰੇ ਤਾਂ ਚਲੋ ਸਭ ਕੁਛ ਪੱਕਿਆ ਪਕਾਇਆ ਮਿਲਦਾ, ਪਰ ਕੈਨੇਡਾ 'ਚ ਰਹਿ ਕੇ ਕੁਕਿੰਗ ਕਿੰਨੀ ਕੁ ਸਿੱਖੀ ਤੁਸੀਂ? ਕੁਕਿੰਗ ਬਾਈ ਮੈਂ ਤਾਂ ਬਾਈ ਠੀਕ, ਪਤਾ ਨਹੀਂ ਚਾਰ ਚੀਜ਼ਾਂ ਬਣਾਉਣੀ ਆਉਣੀ ਬਾਈ, ਮੁੰਡੇ ਨੂੰ ਚਾਹ ਬਣਾਉਣੀ ਆਉਂਦੀ ਹੁੰਦੀ ਹੈ, ਵੱਧ ਵੱਧ ਮੈਗੀ ਬਣਾ ਲੈਣਗੇ, ਵੱਧ ਵੱਧ ਆਂਡੇ ਬਣਾ ਲੈਣਗੇ, ਬਸ ਇੰਨੀ ਕੁਕਿੰਗ ਆਪਾਂ ਨੂੰ ਹੁੰਦੀ ਹੈ, ਕੋਈ ਕੁਝ ਬਣਾ ਲੈਂਦੇ ਹਾਂ, ਅੜੇ ਸੌਦੇ ਨੂੰ ਬਾਈ ਕਦੇ ਚਟਨੀ ਬਣਾ ਸਕਦੇ ਹਾਂ, ਹੋਰ ਆਪਾਂ ਨੂੰ ਕੋਈ ਤੀਜੀ ਡਿਸ਼ ਨਹੀਂ ਆਉਂਦੀ ਹੈਗੀ। ਅਤੇ ਭਾਅ ਜੀ, ਇਹਨਾਂ ਦਿਨਾਂ ਦੇ ਵਿੱਚ ਘਰੇ ਰਹਿ ਕੇ ਘਰਦਿਆਂ ਨੂੰ ਖਾਣ ਵਾਸਤੇ ਸਭ ਤੋਂ ਜ਼ਿਆਦਾ ਫਰਮਾਇਸ਼ ਕਿਹਨਾਂ ਚੀਜ਼ਾਂ ਦੀ ਹੋ ਰਹੀ ਹੈ ਇਹ ਦੱਸੋ, ਸਾਰੇ ਜਾਣਨਾ ਚਾਹੁੰਦੇ ਆ। ਕੁਛ ਨਹੀਂ ਬਾਈ, ਆਪਾਂ ਤਾਂ ਮੈਨੂੰ ਤਾਂ ਇੰਨਾ ਕੋਈ ਵਾਹ ਆਪਾਂ ਨੂੰ ਚੱਕਰ ਹੁੰਦਾ ਨਹੀਂ ਵੀ ਆਹ ਚੀਜ਼ ਚਾਹੀਦੀ, ਆਪਾਂ ਤਾਂ ਜੋ ਮਿਲ ਗਿਆ ਹੋਏ ਆਪਾਂ ਖਾ ਹੀ ਲਈਦਾ, ਕਿਉਂਕਿ ਘਰ ਦਾ ਬਣਿਆ ਬਈ ਸਾਰੀ ਘੈਂਟ ਹੁੰਦਾ, ਜੋ ਮਾਤਾ ਬਣਾਉਂਦੀ ਹੈ ਸਾਰਾ ਵਧੀਆ ਹੀ ਹੁੰਦਾ, ਅਤੇ ਤਾਂ ਕਰਕੇ ਆਪਾਂ ਨੂੰ ਕੋਈ ਸ਼ੋਸ਼ੇਬਾਜ਼ੀ ਆਪਾਂ ਕਰਦੇ ਨਹੀਂ ਹੁੰਦੇ ਘਰਦੇ ਆ ਕੇ, ਘਰਦੇ ਨੂੰ ਪਤਾ ਵੀ ਅਤੇ ਮੈਨੂੰ ਵੀ ਪਤਾ ਹੀ ਹੁੰਦਾ ਵੀ ਜੋ ਇਹ ਬਣਾਉਣਗੇ ਘੈਂਟ ਹੀ ਬਣਾਉਂਦੇ ਹੁੰਦੇ, ਉਹ ਖਾ ਹੀ ਲਈਦਾ ਸਾਰਾ ਕੁਝ। ਤੇ ਭਾਅ ਜੀ, ਇਹਨਾਂ ਦਿਨਾਂ ਦੇ ਵਿੱਚ ਕਿਸ ਮਿਊਜ਼ਿਕ ਡਾਇਰੈਕਟਰ ਨਾਲ ਸਭ ਤੋਂ ਜ਼ਿਆਦਾ ਗੱਲਬਾਤ ਹੋ ਰਹੀ ਹੈ, ਬੀਟਾਂ ਡਿਸਕਸ ਹੋ ਰਹੀਆਂ? ਮੇਰਾ ਤਾਂ ਇੱਕੋ ਹੀ ਹੈ ਪ੍ਰੋਡਿਊਸਰ ਬਾਈ, ਆ ਮੇਰੇ ਕਿੱਡ ਨਾਲ ਜ਼ਿਆਦਾ ਗੱਲ ਹੁੰਦੀ ਹੈ, ਮਿਊਜ਼ਿਕ ਦੇ ਰਿਲੇਟਡ ਮਾੜਾ ਮੋਟਾ ਜੋ ਵੀ ਹੁੰਦਾ ਕਿੱਡ ਨਾਲ ਵੀ ਹੋ ਜਾਂਦੀ ਆ, ਇੱਕ ਦੋ ਪ੍ਰੋਡਿਊਸਰ ਹੋਰ ਨੇ ਆਪਣੇ, ਇੱਕ ਮੁੰਡਾ ਆਰਜੀ ਉਹਨਾਂ ਨਾਲ ਵੀ ਗੱਲ ਹੋ ਜਾਂਦੀ ਆ, ਤੇ ਸਾਰਿਆਂ ਨਾਲ ਗੱਲ ਹੋ ਜਾਂਦੀ ਹੈ। ਕਿ ਇੰਟਰਨੈਸ਼ਨਲ ਕੋਲੈਬੋਰੇਸ਼ਨ ਬਹੁਤ ਸਾਰੀਆਂ ਤੁਹਾਡੇ ਦਿਮਾਗ 'ਚ ਘੁੰਮਦੀਆਂ ਹੋਣੀਆਂ, ਸੋ ਆਹ ਤਾਂ ਵੈਸੇ ਵੀ ਇੰਨਾ ਟਾਈਮ ਆ ਕਿ ਆਪਣੇ ਬਾਰੇ ਆਪਾਂ ਸੋਚ ਸਕਦੇ ਹਾਂ, ਜੇ ਤੁਹਾਨੂੰ ਇੰਟਰਨੈਸ਼ਨਲ ਕੋਲੈਬੋਰੇਸ਼ਨ ਕਰਨ ਦਾ ਮੌਕਾ ਮਿਲੇ ਤਾਂ ਕਿਹੜੇ ਦੋ ਆਰਟਿਸਟ ਐਸੇ ਹੋਊਗੇ ਲੋਕਡਾਊਨ ਤੋਂ ਬਾਅਦ ਜਿਨ੍ਹਾਂ ਨਾਲ ਕੰਮ ਕਰਨਾ ਚਾਹੋਗੇ?
ਮੇਰੇ ਤਾਂ ਜਿਹੜੇ ਆਰਟਿਸਟ ਸੀਗੇ ਫੇਵਰੇਟ, ਉਹ ਤਾਂ ਬਈ ਜਹਾਨ ਤੋਂ ਹੀ ਚਲੇ ਗਏ। ਮੈਂ ਜੇ ਹੁੰਦਾ ਤਾਂ ਮੈਂ ਸਿੱਧੂ ਨਾਲ ਕਰਨਾ ਚਾਹੁੰਦਾ ਸੀਗਾ ਤੇ ਪਾਕ ਨਾਲ ਕਰਨਾ ਚਾਹੁੰਦਾ ਸੀ। ਉਹ ਤਾਂ ਯਾਨੀ ਕਿ ਉਹ ਪਾਕ ਦਾ ਚੱਲ ਨਿਪਸੀ ਦਾ ਮੈਨੂੰ ਸਭ ਤੋਂ ਬੜਾ ਦੁੱਖ ਲੱਗਿਆ ਵੀ ਉਹ ਵਿਚਾਰਾ ਗਿਆ ਨਾ, ਕਿਉਂਕਿ ਇੱਕ ਟਾਈਮ ਇਹੋ ਜਿਹਾ ਵੀ ਸੀਗਾ ਵੀ ਜਦੋਂ ਨਿਪਸੀ ਦੇ ਬਹੁਤ ਕਰੀਬੋਂ ਮੁੜ ਕੇ ਆਇਆ ਸੀ ਹੈ ਨਾ, ਤੇ ਜਦੋਂ ਉਹਦੀ ਡੈਥ ਹੋਈ ਤਾਂ ਬਹੁਤ ਹੀ ਬੁਰਾ ਲੱਗਿਆ ਤੇ ਮੈਂ ਨਿਪਸੀ ਨਾਲ ਕੰਮ ਕਰਨਾ ਚਾਹੁੰਦਾ ਸੀਗਾ ਬਈ, ਤੇ ਹੁਣ ਉਹ ਵਿਚਾਰਾ ਇਸ ਤਰ੍ਹਾਂ ਨਹੀਂ ਹੈਗਾ। ਚਲੋ ਭਾਜੀ, ਉਹ ਤਾਂ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਸੀਗਾ, ਪਰ ਫਿਲਹਾਲ ਜੋ ਪ੍ਰੈਜੈਂਟ ਦੇ ਵਿੱਚ ਆਰਟਿਸਟ ਚੱਲ ਰਹੇ ਆ, ਕੁਛ ਨਾ ਕੁਛ ਤਾਂ ਮਾਈਂਡ ਦੇ ਵਿੱਚ ਚੱਲ ਰਿਹਾ ਹੋਣਾ, ਕਿਉਂਕਿ ਬੋਹੀਮੀਆ ਭਾਈ ਵਾਲੀ ਕੋਲੈਬੋਰੇਸ਼ਨ ਤੁਹਾਡੀ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੈ ਨਾ। ਉਹਨਾਂ ਤੋਂ ਇਲਾਵਾ ਹੋਰ ਜਿੰਨੀਆਂ ਵੀ ਕੋਲੈਬੋਰੇਸ਼ਨ ਤੁਸੀਂ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਮਾਈਂਡ 'ਚ ਚੱਲ ਰਹੀ? ਵੀਰੇ ਮੈਂ ਕੋਲੈਬੋਰੇਸ਼ਨ ਬਾਰੇ ਦੱਸਣਾ ਨਹੀਂ ਹੈਗਾ, ਬਸ ਮੈਂ ਹੁਣ ਪੜਾਕੇ ਹੀ ਪਾਉਣਾ। ਕਿਆ ਬਾਤ ਹੈ, ਕਿਆ ਬਾਤ ਹੈ। ਔਰ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਸਿਲੈਕਸ਼ਨ ਆ ਗਾਣਿਆਂ ਦੀ, ਉਹ ਬੜੀ ਯੂਨੀਕ ਆ। ਗਾਣਾ ਸਿਲੈਕਟ ਕਰਨ ਲੱਗੇ ਭਾਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਦੇ ਹੋ? ਗਾਣਾ ਸਿਲੈਕਟ ਕਰਨ ਵਾਲੇ ਵੀਰੇ, ਮੈਂ ਇੱਕ ਚੀਜ਼ ਦੇਖਦਾ ਜਿਹੜੀ ਮੇਰੇ ਕੰਨਾਂ ਨੂੰ, ਜਿਹੜਾ ਮੈਂ ਗਾਣਾ 4-5 ਵਾਰੀ ਰਿਪੀਟ ਕਰਕੇ ਸੁਣ ਲਿਆ ਤੇ ਮੈਨੂੰ ਇੰਨਾ ਕੁ ਵਿਸ਼ਵਾਸ ਹੁੰਦਾ ਵੀ ਮੇਰੇ ਸੁਣਨ ਵਾਲੇ ਵੀ ਉਹ ਸੁਣਨਗੇ। ਜਿਹੜੀ ਮੇਰੀ ਆਡੀਅੰਸ ਹੈ ਮੈਨੂੰ ਪਿਆਰ ਕਰਨ ਵਾਲੇ, ਉਹਨਾਂ ਨੂੰ ਵੀ ਉਹ ਗਾਣਾ ਵਧੀਆ ਲੱਗੂ ਜੀ, ਉਹ ਮੈਨੂੰ ਵਧੀਆ ਲੱਗੂ। ਔਰ ਸਿੱਧੂ ਭਾਜੀ, ਜਦੋਂ ਐਜ਼ ਅ ਲਿਰਿਸਿਸਟ ਆਪਾਂ ਕੰਮ ਕਰਦੇ ਹਾਂ ਨਾ, ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਗਾਣੇ ਲਿਖ ਰਹੇ ਹੋਵੋਗੇ, ਕਿਤੇ ਨਾ ਕਿਤੇ ਮੂਡ ਬ੍ਰੇਕ ਹੁੰਦਾ, ਤੁਹਾਨੂੰ ਕੀ ਲੱਗਦਾ ਕਿਹੜੀਆਂ ਇੱਕ ਦੋ ਚੀਜ਼ਾਂ ਐਸੀਆਂ ਜਿਹੜੀਆਂ ਤੁਹਾਡਾ ਮੂਡ ਬਣਾ ਦਿੰਦੀਆਂ, ਜਾਂ ਜਿੱਦਾਂ ਬਹੁਤ ਸਾਰੇ ਆਰਟਿਸਟ ਚਾਹ ਪੀਂਦੇ ਆ, ਹੈ ਨਾ, ਕਿਹੜੀਆਂ ਐਸੀਆਂ ਚੀਜ਼ਾਂ ਹੈਗੀ? ਪਤਾ ਕੀ ਗੱਲ ਹੈ, ਮੈਂ ਯਾਨੀ ਕਿ ਇੱਕ ਮੇਰਾ ਪਿੰਡ ਦੇ ਵਿੱਚ ਰਹਿਣ ਦਾ ਕਾਰਨ ਇਹ ਆ ਵੀ ਮੈਂ ਜਿਹੜੀ ਆਹ ਯਾਨੀ ਕਿ ਜਿਹੜੀ ਹੈਗੀ ਆ ਪਬਲਿਕ ਫਿਗਰ ਦੁਨੀਆਂ ਦਾ ਜੀ, ਤੋਂ ਮੈਂ ਦੂਰ ਰਹਿਣਾ ਹੈ ਨਾ, ਅਤੇ ਮੇਰਾ ਲਿੰਕ ਟੁੱਟ ਜਾਂਦਾ, ਅਤੇ ਇਹੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਮੇਰੀ ਮੂਡ ਬਣਾਉਂਦੀ ਹੈ, ਹੈ ਨਾ। ਵੀ ਮੈਂ ਜਦੋਂ ਮੈਨੂੰ ਇਹ ਮਹਿਸੂਸ ਹੁੰਦਾ ਵੀ ਅਸੀਂ ਬਹੁਤ ਕੁਛ ਹੋ ਕੇ ਵੀ ਚਲੋ ਸਾਨੂੰ ਇੰਨੀ ਦੁਨੀਆਂ ਮੈਨੂੰ ਜਾਣਦੀ ਹੈ, ਫਿਰ ਵੀ ਮੈਂ ਹੈ ਨਾ ਇੱਕ ਅਣਜਾਣ ਬੰਦਾ ਬਣ ਕੇ ਰਹਿਣਾ, ਅਤੇ ਇਸ ਚੀਜ਼ ਮੈਨੂੰ ਇਹ ਚੀਜ਼ ਮੈਨੂੰ ਗੱਟ ਫੀਲਿੰਗ ਵੀ ਦਿੰਦੀ ਹੈ, ਅਤੇ ਉੱਦਾਂ ਵੀ ਰੀਫਰੈਸ਼ ਕਰਦੀ ਹੈ ਮੇਰੇ ਦਿਮਾਗ ਨੂੰ, ਅਤੇ ਮੈਨੂੰ ਵਧੀਆ ਗੁੱਡ ਫੀਲ ਹੁੰਦਾ, ਤਾਂ ਕਰਕੇ ਮੈਂ ਫਿਰ ਲਿਖਦਾ ਰਹਿੰਦਾ। ਜੇ ਮੈਨੂੰ ਕੋਈ ਮੰਨ ਲਓ ਮੇਰਾ ਮੂਡ ਵੀ ਬ੍ਰੇਕ ਹੁੰਦਾ ਤਾਂ ਮੈਂ ਇੱਥੇ ਮੈਂ ਪੋਜ਼ਿਟਿਵਿਟੀ ਬਹੁਤ ਮਿਲਦੀ। ਬਹੁਤ ਸਾਰੇ ਐਸੇ ਲਿਰਿਸਿਸਟ ਆ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ, ਤੁਹਾਨੂੰ ਆਪਣਾ ਸਭ ਕੁਛ ਹੀ ਮੰਨਦੇ ਆ ਹੈ ਨਾ, ਸੋਸ਼ਲ ਮੀਡੀਆ 'ਤੇ ਸਾਨੂੰ ਸਭ ਕੁਛ ਦੇਖਣ ਨੂੰ ਮਿਲਦਾ, ਉਹਨਾਂ ਸਾਰੇ ਨਵੇਂ ਬਡਿੰਗ ਲਿਰਿਸਿਸਟ ਵਾਸਤੇ ਜਾਂ ਨਵੇਂ ਸਿੰਗਰਸ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਇਸ ਟਾਈਮ ਇੰਡਸਟਰੀ ਦਾ ਇੱਕ ਮਾਈਲ ਸਟੋਨ ਖੜਾ ਕੀਤਾ, ਸੋ ਆਪਣੇ ਵੱਲੋਂ ਇੱਕ ਐਸੀ ਸਲਾਹ ਜਿਹੜੀ ਤੁਹਾਨੂੰ ਲੱਗਦਾ ਸਾਰਿਆਂ ਦੀ ਪੂਰੀ ਜ਼ਿੰਦਗੀ ਕੰਮ ਆਉਣ ਵਾਲੀ ਹੈ? ਕੋਈ ਸਲਾਹ ਹੈ ਜੀ ਸਾਰਿਆਂ ਨੂੰ ਵੀ, ਜਿੰਨੇ ਵੀ ਆਪਣੇ ਵੀਰ ਭਰਾ ਕਰ ਰਹੇ ਆ, ਮੈਂ ਇਹ ਕਹਿੰਦਾ ਵੀ ਮਿਹਨਤ ਦਾ ਪੱਲਾ ਨਾ ਛੱਡਿਓ ਮੇਰਾ ਵੀਰ, ਅਤੇ ਮਿਹਨਤ ਨਾਲ ਤੁਸੀਂ ਦੇਖੋ ਵੀ ਮੇਰੇ ਵਰਗੇ ਹੈ ਨਾ ਜ਼ੀਰੋ ਤੋਂ ਹੀਰੋ ਬਣਦੇ ਅਸੀਂ ਕਾਬਲ ਹੋਏ ਹਾਂ, ਹੈ ਨਾ। ਬਸ ਮਿਹਨਤ ਕਰੋ ਅਤੇ ਨਿਸ਼ਠਾ ਰੱਖਿਓ ਸੱਚੀ, ਹੈ ਨਾ, ਅਤੇ ਭਰੋਸਾ ਰੱਖਿਓ ਆਪਦੇ ਆਪ ਦੇ ਵਿੱਚ, ਅਤੇ ਬਸ ਆ ਕੁਛ ਕਸੂਰ ਹੁੰਦੇ ਆ ਹਰੇਕ ਬੰਦੇ ਦੇ ਹੁੰਦੇ ਆ, ਉਹਨਾਂ ਸੂਬਾ ਤੁਹਾਡੇ ਗੁਨਾ ਹੋਏ। ਔਰ ਮੈਨੂੰ ਇਹ ਦੱਸੋ ਕਿ ਇਹਨਾਂ ਦਿਨਾਂ ਦੇ ਵਿੱਚ ਘਰ ਦਾ ਕਿਹੜਾ ਇੱਕ ਐਸਾ ਫੋਨਾ ਹੈ ਜਿਹੜਾ ਤੁਹਾਡਾ ਫੇਵਰੇਟ ਚੱਲ ਰਿਹਾ, ਜਿੱਥੇ ਬਹਿ ਕੇ ਤੁਹਾਡਾ ਦਿਮਾਗ ਬਹੁਤ ਚੱਲਦਾ, ਗਾਣੇ ਬਹੁਤ ਆਉਂਦੇ ਆ? ਬਸ ਵੀਰੇ ਮੇਰਾ ਚੱਲੀ ਜਾਂਦਾ ਰਹਿੰਦਾ ਜੀ ਦਿਮਾਗ, ਚਾਹੇ ਮੈਨੂੰ ਇਹ ਕੰਮ ਮੰਨ ਲਿਆ ਪਹਾੜ ਤੇ ਬਿਠਾ ਦੋ, ਮੇਰਾ ਦਿਮਾਗ ਚੱਲੀ ਜਾਣਾ ਜੀ। In association with, get the best deals on your favorite meals with Swiggy, Whisper, Meri Life, Mere Rules and Cantabile Italy International Clothing.